हाँ जी इन्हों ने मुंडे हाँ वह कह के कहते अं अपना बदला लैना ही लै लिया उन्होंने दातर हाथ च फड़े तो जो मैं लागे इन्होंने जान लगी ना मोटरसाइकिल बजा लिया तो अं अपना बदला लै लिया अं मारा है तो तुम चुक लियाओ बस ये रौनक लाने दी तस्वीर अमृतसर के हलका मजीठा के पिंड रामदवाली दियां जिथे उस वेले सारा पिंड थर थर कंब उठिया जदों पिंड के नौजवानों ने पिंड के ही रहण वाले बलजिंदर सिंह नूं वढ के खेतों के सुट दिता तो वो नौजवान बलजिंदर सिंह की तस्वीर है जिसने अपनी माँ के सामने तड़फ तड़फ के जान दे दिती जवान पुत की अपनी अखा सामने हुई मौत ने इस माँ नूं अंदरों तक झिंझोड़ के रख दिता। बलजिंदर सिंह की माँ ने दसिया कि पहला तो एक मामले च दोवां की रंजिश चली आ रही सी पर कुछ समा पहला दोवां धिरां का राजीनामा करवा दिता गया सी पर दूजी धिर ने बदला लैण की तांग रखी ते बीते दिन बलजिंदर सिंह दा खेतां च कतल करन उपरंत कातिल उसकी मां नूं कह के गए कि असी तुहाडे बलजिंदर नूं वढ दित्ता है तुसी जाके चुक लियाओ। गविंदर कौर ते जिहड़ा कतल होया की लगदा है तुहाडा? ये मेरा पुत्त। अच्छा ते की मामला होया जे की गल सी की दसो थोड़ा सानू। कोई नहीं अजे तो घरों गया वा तो दूजा मरा नहीं ये आंदे कितने गया था डैडी मम्मी फुलका खाने भी मिस्त्रियां खा लिया तो ये खाने मैं अजी को रोटी फड़ी बुरकी तोड़ी तो बाहर चीकां वज्जियां तो मैं नहीं साढ़े घर कोई मारन आ गया तो जब मैं बाहर हुई तो उसे गली नूं सामने दात फड़े या दो जने मोटरसाइकिल दे हाकना मार दे आंदे भी अहीं मार दिता जो अपना ही बदला लैना ही लै लिया तुसीं चुक लियाओ जा। किन्ने साल दा ही बेटा ते ये कोई रंजिश सी की पुरानी? ये सन 27 साल जान दिया। हां जी ते की इनां नाल कोई दुश्मनी सी की गां जड़े बंदे ने मारया वा? हां हां जी ये ही भी अगे झगड़ा होया ही इनां दे नाल। हां जी ते पहचान तुहानूं पहचान दे? हां जी इनां दी मुंडा ओह कह के कई कहिंदे असीं अपना बदला लैणा ही लै लिया उहनां दातर हथ च फड़े ते जदों मैं लागे इनां दे जान लगी ना मोटरसाइकिल भजा लिया ते असीं अपना बदला लै लिया असीं मारा है ते तुसीं चुक लियाओ बस इहो गल्लां करके ना मोटरसाइकिल भजा लिया मुड़ के इहनूं गए अपनी ओह कोठी वल हो गए मुड़ के जगावे नूं चल गए। एक दा नाम वा छोटे दा नाम हरजिंदर पिंड दा ही है ना? ओह वी पिंड दा ही है। हां ਬਹੁਤ ਮਾੜੇ ਕੰਮ ਇਹਨਾਂ ਨੇ ਕੀਤਾ ਹੈ ਕੀ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਜੋ ਹੁਣ ਵੀ ਕੀ ਫਿਰ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ? ਅਸੀਂ ਤਾਂ ਨੇ ਬੜੀ ਹੋਣੀ ਚਾਹੀਦੀ ਸਾਡੇ ਸਾਹਮਣੇ ਸਾਡਾ ਪੁੱਤ ਕਿੱਡਾ ਜਵਾਨ ਜਿਹੜਾ ਮਰ ਗਿਆ ਕਿਤੇ ਵੇਖਿਆ ਨਹੀਂ ਜਾਂਦਾ ਉਹ ਮਾਰ ਕੇ ਦੇ ਤੇ ਪਾਣੀ ਨਹੀਂ ਮੰਗਿਆ ਕਿਤੇ ਉਹਨੇ ਕਿਤੇ ਪਾਣੀ ਵੀ ਕਿਤਾ ਹੈ ਫੈਸਲਾ ਹੋ ਗਿਆ ਜੱਫੀਆਂ ਪਾਤੀਆਂ ਫੈਸਲਾ ਹੋ ਗਿਆ ਸੀ ਜੱਫੀਆਂ ਪਾਤੀਆਂ ਰਾਜੀਨਾਮੇ ਹੋ ਗਏ ਹਾਂ ਅਦਾਲਤ ਦੇ ਬਸ ਦੂਜਾ ਮਰਾ ਉਹ ਆਖਰੀ ਤਰੀਕ ਹੀ ਮੁੱਕ ਗਿਆ। ਹਾਏ ਮੈਂ ਚਲ ਜਾਂਦੀ ਆਪਣੇ ਪੁੱਤ ਮੇਰੇ ਬੂਹੇ ਗਾੜੀ ਹੁੰਦੇ ਮੈਂ ਆਪਣੇ ਪੁੱਤ ਦੇ ਗਾਲ ਉੱਤੇ ਪੈ ਜਾਂਦੀ ਮੈਨੂੰ ਮਾਰ ਦਿੰਦੇ ਮੇਰਾ ਪੁੱਤ ਕੁਛ ਦੁਨੀਆ ਦਾ ਵੇਖ ਲੈਂਦਾ ਮੈਂ ਨਾ ਵੇਂਦੀ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜਲਦ ਹੀ ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਕਰੀਬ 2 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ 2:30 ਵਜੇ ਕਿ ਬਲਜਿੰਦਰ ਸਿੰਘ ਰਾਮਦਵਾਲੀਆਂ ਦਾ ਉਹਨੂੰ ਕੋਈ ਇੱਥੇ ਰਾਮਦਵਾਲੀ ਰੋਡ ਤੇ 2 ਜਣੇ ਮੋਟਰਸਾਈਕਲ ਤੇ ਆਏ ਆ ਤੇ ਉਹਦਾ ਕਤਲ ਕਰਕੇ ਤੇ ਉੱਥੋਂ ਭੱਜ ਗਏ ਆ ਤੇ ਜ਼ਖਮੀ ਹਾਲਤ ਵਿੱਚ ਉਹਨੂੰ ਲੈ ਕੇ ਗਿਆ ਹੈ ਸਿਵਲ ਹਸਪੀਟਲ ਰਾਹ 'ਚ ਹੀ ਉਹਦੀ ਮੌਤ ਹੋ ਗਈ। ਸਰ ਕੀ ਜਿਹੜੀ ਮੁੱਢਲੀ ਛਾਣਬੀਣ 'ਚ ਕੀ ਸਮਝ ਗੱਲ ਲੱਗੀ ਜੇ ਪਤਾ ਹੈ? ਇਹ ਪਤਾ ਲੱਗ ਰਿਹਾ ਕਿ 2 ਜਣੇ ਆ ਮੋਟਰਸਾਈਕਲ 'ਤੇ ਆਏ ਸੀਗੇ ਅਤੇ ਦੋਸ਼ੀਆਂ ਦਾ ਪਤਾ ਲੱਗ ਗਿਆ ਅਤੇ ਆਪਣਾ FIR ਦਰਜ ਕਰਕੇ ਮੁੱਢਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਰ ਜਿਹੜੇ ਦੋਸ਼ੀ ਕਿੱਥੋਂ ਦੇ ਰਹਿਣ ਵਾਲੇ ਆ ਅਤੇ ਕਿਹੜੀ ਚੀਜ਼ ਨਾਲ ਉਹਨਾਂ ਨੇ ਕਤਲ ਕੀਤਾ? ਇਹ ਕਰ ਰਹੇ ਹਾਂ ਹਜੇ ਛਾਣਬੀਣ ਕਰ ਰਹੇ ਹਾਂ ਕਿਰਪਾਨ ਜਾਂ ਕੋਈ ਦਾਤਰ ਜਾਂ ਕੋਈ ਇਹੋ ਜਿਹਾ ਹਥਿਆਰ ਆ ਅਤੇ ਇੱਥੋਂ ਦੇ ਪਿੰਡ ਦੇ ਨਹੀਂ ਇਹਨਾਂ ਦੀ ਪੁਰਾਣੀਆਂ ਵੀ ਸ਼ਾਇਦ ਪਤਾ ਲੱਗ ਰਿਹਾ ਕਿ ਪੁਰਾਣੀ ਵੀ ਇਹਨਾਂ ਦਾ ਲੜਾਈ ਝਗੜਾ ਜਾਂ ਕੋਈ ਖੁੰਦਕਬਾਜ਼ੀ ਹੈਗੀ ਹੈ। ਤੇਜ਼ ਧਾਰ ਹਥਿਆਰ ਨਾਲ ਤੇਜ਼ ਕੀ ਸਰ ਹੁਣ ਕਾਰਵਾਈ ਕੀ ਅਮਲ ਸੁਝਾ ਰਹੇ ਜੀ? ਇਹ ਪਰਚਾ ਦਰਜ ਕਰਾਂਗੇ ਜੀ FIR ਕਰਾਂਗੇ ਦੋਵਾਂ ਦੇ ਦੋਸ਼ੀਆਂ ਦੀ ਭਾਲ ਜਾਰੀ ਆ ਹੁਣ ਅਰੈਸਟ ਕਰਾਂਗੇ ਜਲਦੀ ਤੋਂ ਜਲਦੀ। ਸਰ ਪਤਾ ਲੱਗਾ ਵੀ ਇਹਨਾਂ ਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਦਾ ਫੈਸਲਾ ਵੀ ਹੋਇਆ ਹੈ ਮੁਕਦਮਾ ਵੀ? ਹਾਂਜੀ ਹਾਂਜੀ ਇਹਨਾਂ ਦਾ ਪਹਿਲਾਂ ਕ੍ਰੋਸ ਕੇਸ ਹੈਗਾ ਸ਼ਾਇਦ ਉਹ ਚ ਇਹਨਾਂ ਦਾ ਰਾਜੀਨਾਮਾ ਵੀ ਹੋਇਆ ਹੋਇਆ ਉਹਦੀ ਕੁਐਸਚਨਿੰਗ ਲਾਈ ਸੀਗੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਦੁੱਖ ਤੋਂ ਨਾ ਘਬਰਾਓ ਸਾਨੂੰ ਫੋਨ ਲਗਾਓ ਗੁਰੂ ਅਜਮੇਰੀ ਬਾਬਾ ਜੀ। MBA ਕਰਨ ਤੋਂ ਬਾਅਦ ਨੌਕਰੀ ਦੀ ਲਈ ਮੈਂ ਇੱਧਰ ਉੱਧਰ ਬਹੁਤ ਧੱਕੇ ਖਾਏ ਪਰ ਮੇਰੀ ਕਿਤੇ ਵੀ ਕੋਈ ਗੱਲ ਨਹੀਂ ਬਣੀ। ਫਿਰ ਇੱਕ ਦਿਨ ਮੈਨੂੰ ਮੇਰੇ ਯਾਰ ਦੋਸਤ ਨੇ ਬਾਬਾ ਜੀ ਬਾਰੇ ਦੱਸਿਆ। ਫਿਰ ਕੀ ਫਿਰ ਮੈਂ ਬਾਬਾ ਜੀ ਕੋਲ ਗਿਆ। ਬਾਬਾ ਜੀ ਦੀ ਐਸੀ ਮਿਹਰ ਉਹਨਾਂ ਨੇ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ। ਅੱਜ ਦੇਖੋ ਮੈਂ ਨੌਕਰੀ ਨਹੀਂ ਆਪਣਾ ਬਿਜ਼ਨਸ ਕਰ ਰਿਹਾ। ਧੰਨਵਾਦ ਬਾਬਾ ਜੀ। ਕਾਲੇ ਇਲਮ ਨਾਲ ਕੁਛ ਘੰਟਿਆਂ 'ਚ ਹੀ ਸਮਾਧਾਨ ਗਰੰਟੀ ਦੇ ਨਾਲ ਹਰ ਇਲਮ ਦੇ ਮਾਹਿਰ। ਮੈਂ ਆਪਣੀ ਲਵ ਮੈਰਿਜ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ।
बहुत जगह जगह घूमी पर कोई समाधान नहीं मिलिया। फिर मैनू किसी ने बाबा जी के बारे दसिया, मैं बाबा जी के दरबार गई। बाबा जी ने तो कुछ घंटिया विच ही मेरी सारी समस्या का समाधान कर दिता। मेरा विआह उथे पक्का हो गया जिथे मैं चाहती सी। मैं दिलों धन्यवाद करती हाँ बाबा जी। जिस तरह नौकरी कारोबार विदेश यात्रा ग्रह क्लेश लाभ मेजर समस्या जादू टोना किता कराया सौंकण दुश्मन का सर्वनाश करवाओ वह भी घर बैठे वशीकरण मुटकरणी दे सुपर स्पेशलिस्ट। मेरा हमेशा घर विच लड़ाई झगड़ा चलता रहिंदा सी। मेरी घरवाली सोचती सी कि मेरा किसी होर नाल चक्कर चल रहा है। मैं बहुत परेशान रहने लगा। एक दिन मैं बाबा जी के दरबार चला गया तो बाबा जी ने मैं छोटा जिहा उपाय दसिया। उस उपाय दे नाल मेरी जिंदगी खुशहाल रहन लगी। धन्यवाद बाबा जी। अज ही मिलो गुरु अजमेरी बाबा जी नू जिन्हां दा मोबाइल नंबर है 9815460154 लुधियाना।